ਪੰਜਾਬ ਸਰਕਾਰ ਵੱਲੋਂ ਬੈਨ ਲੱਗਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਧੜਲੇ ਨਾਲ ਵਿਕਰੀ ਹੋ ਰਹੀ ਹੈ ਅਤੇ ਆਏ ਦਿਨ ਹੀ ਸ਼ਹਿਰ ਵਾਸੀ ਇਸ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਆਮ ਦਿਖਾਈਆਂ ਦੇ ਰਹੀਆਂ ਨੇ ਤੇ ਹੁਣ ਪੰਜਾਬ ਪੁਲਿਸ ਵੀ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਕਦਮ ਚੁੱਕ ਰਹੀ ਹੈ ਜਿਸ ਦੇ ਚਲਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੋਪੋਕੋ ਵਿਖੇ ਥਾਣਾ ਦੀ ਪੁਲਿਸ ਨੇ 800 ਤੋਂ ਵੱਧ ਚਾਈਨਾ ਗੱਟੂਆਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੈਰ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚਣ ਦਾ ਧੰਦਾ ਕਰਨ ਵਾਲੇ 2 ਲੋਕਾਂ ਨੂੰ 896 ਗੱਟੂਆ ਅਤੇ ਗੱਡੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਥਾਣਾ ਲੋਪੋਕੋ ਦੇ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਚੰਨਪ੍ਰੀਤ ਸਿੰਘ ਅਤੇ ਸਤਵੀਰ ਸਿੰਘ ਜੋ ਦੋਵੇਂ ਰਲ ਕੇ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਚਾਈਨਾ ਡੋਰ ਵੇਚਣ ਦਾ ਧੰਦਾ ਕਰਦੇ ਸੀ ਤੇ ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ ਉਹ ਤੁਸੀਂ ਆਪ ਸੁਣੋ ਕੱਲ ਸਪੈਸ਼ਲ ਨਾਕਾਬੰਦੀ ਦੌਰਾਨ ASI ਗੁਰਦੀਪ ਸਿੰਘ ਵੱਲੋਂ ਕੀਤੀ ਗਈ ਸੀ ਜੋ ਇੱਕ ਬਲੈਰੋ ਗੱਡੀ ਅੰਮ੍ਰਿਤਸਰ ਦੀ ਤਰਫੋਂ ਆਉਂਦੀ ਜਿਹੜੀ ਦਿਖਾਈ ਦਿੱਤੀ ਜਦੋਂ ਰੋਕ ਕੇ ਚੈੱਕ ਕੀਤਾ ਉਹਦੇ ਵਿੱਚ ਟੋਟਲ 896 ਨੇ ਉਹ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਨੇ ਉਹਨਾਂ ਦੇ ਨਾਂ ਇੱਕ ਦਾ ਨਾਮ ਮੁੰਡੇ ਦਾ ਚੰਨਪ੍ਰੀਤ ਸਿੰਘ ਔਰ ਇੱਕ ਹੋਰ ਆ ਦੋਨੇ ਸੁਲਤਾਨਵਿੰਡ ਦੇ ਨੇ ਅਤੇ ਇੱਕ ਨਾਲ ਬਲੈਰੋ ਗੱਡੀ ਬਰਾਮਦ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਅਤੇ ਅਗਲੀ ਕਾਰਵਾਈ ਇਹੀ ਕਰ ਰਹੇ ਹਾਂ ਇਹਨਾਂ ਦੀ ਮੁੱਢਲੀ ਪੁੱਛਗਿੱਛ 'ਚੋਂ ਆਇਆ ਵਾ ਵੀ ਜਹਾਜ਼ਗੜ੍ਹ ਇੱਕ ਟਰੱਕ ਲੱਗਾ ਸੀ ਉਹਦੇ ਵਿੱਚੋਂ 6-7 ਗੱਡੀਆਂ ਸੀ ਜਿਨ੍ਹਾਂ ਨੇ ਉਹ ਮਾਲ ਢੋਇਆ ਵਾ ਇਹਨਾਂ ਨੂੰ ਪੁੱਛਗਿੱਛ ਕਰਕੇ ਅਤੇ ਗਾਂਹ ਜਿਹੜਾ ਵਾ ਉਹ ਟਰੱਕ ਤੱਕ ਪਹੁੰਚਿਆ ਜਾਏਗਾ ਅਤੇ ਵੱਧ ਤੋਂ ਵੱਧ ਜਿਹੜੀ ਆ ਰਿਕਵਰੀ ਕੀਤੀ ਜਾਏਗੀ ਇੱਧਰ ਕਿਤੇ ਦੇਣਾ ਇਹ ਇੱਧਰ ਅੱਜ ਦੇ ਜਿਹੜੀ ਇਹਨਾਂ ਨੇ ਮੁੱਢਲੀ ਪੁੱਛਗਿੱਛ 'ਚ ਲਿਖਿਆ ਕੋਈ ਜੀ ਕਰਕੇ ਇਹਨਾਂ ਨੇ ਨੰਬਰ ਸੇਵ ਕੀਤਾ ਸੀ ਅਤੇ ਉਹ ਨੰਬਰ ਨੂੰ ਆਪਾਂ ਕਾਲ ਕਰ ਰਹੇ ਹਾਂ ਪਰ ਉਹ ਨੰਬਰ ਇਸ ਵੇਲੇ ਬੰਦ ਆ ਉਹਦਾ ਜਿਹੜਾ ਸਾਰਾ ਬਾਇਓਡਾਟਾ ਕਢਵਾ ਕੇ ਸਾਈਬਰ ਕ੍ਰਾਈਮ ਦੀ ਮਦਦ ਦੇ ਨਾਲ ਅਤੇ ਜਿਹੜਾ ਜਿਹੜਾ ਇਹਦੇ ਵਿੱਚ ਦੋਸ਼ੀ ਬਣਿਆ ਉਹਦੀ ਗ੍ਰਿਫਤਾਰੀ ਉਹਨੂੰ ਮੁਕੱਦਮੇ ਦੇ ਵਿੱਚ ਸ਼ਾਮਿਲ ਕਰਕੇ ਉਹਦੀ ਗ੍ਰਿਫਤਾਰੀ ਪਾਈ ਜਾਏਗੀ ਇਹ ਕਿਹੜਾ ਮੁਕੱਦਮਾ ਦਰਜ ਕੀਤਾ ਗਿਆ ਜੀ ਇਹ 188 ਹੈ ਅਤੇ ਇੱਕ ਜਿਹੜਾ ਫੋਰੈਸਟ ਦਾ ਪੀਜਨ ਜਿਹੜਾ ਪਸ਼ੂ ਜਿਹੜੇ ਆ ਉਸ ਫੋਰੈਸਟ ਨਾਲ ਇਹਦੇ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਪਬਲਿਕ ਟਾਈਮਸ